जदों किसी आशिक की मशूक खा के मुंडे को मिठिया मिठिया जलेबियां करके गभरू की जेब खाली ते बिना दसे बारला जहाज बह जाती है। मैं एक बेनती पता की करदा, जिन्ना चर साजिया की साजिया अख नहीं रलती उन्ना चर म्यूजिक सही बजता नहीं। मैं तो बेनती करता भी मेरा भरा माड़े माड़े गैप दे दिओ भी साजी साजी नूं देख सके। वैसे भी असी हुण काफ़ी गैप बाद खड़ा ला रहे हैं, बंद किए हुए सी खुल के गिटार नूं अप करवा, तेरे नाल मैं बाद च गल करूँ, तू जलंधर तक मेरे नाल जाना है। जिन्हें भी वीर साढ़े नाल आए ने साडा सत्कार करते ने, अं भी ताडा करते हैं, सारे ही साढ़े समेत आप सारे थले चलीए ता जो अज जिहड़ा प्रोग्राम का आनंद है वह माणिया जाए। सारे ही साढ़े नाल जिहड़े साढ़े समेत ही आओ चलीए सारे थले। सही गल है, लो जी। हाँ जी, कहना जदों किसी गभरू की मशूक खा के मुंडे को मिठिया मिठिया जलेबियां तेरे ने खा के गई के नाल ही हैगी, हाले हैगी है कि जुड़ी हुई नहीं हजे तक। दो आ थोड़ा एरिया बड़ा एडवांस आ भरा, लाला कित्थे आ, इक अद्धी उहनू गिफ्ट कर दिओ, मरदा फिरदा साडे वाला इक। अच्छा उवीं गया ऐ भी ना पुड़े तत्ते कराली पतंदरा किसी नूं शक होगी। जदों किसी गभरू की मशूक खा के मुंडे को मिठिया मिठिया जलेबियां करके मुंडे की जेब खाली तो बिना दसे बारला जहाज बह जाती है, तो उस तो बाद गभरू नाल की होंगी दस भी कहाली वालिया।
ਛੱਟ ਚ ਗੰਦਾਸੇ ਕਿੰਦਰਾਂ ਨੇ ਝੱਟ ਚ ਪੂਲਿਆਂ ਦੀ ਛੱਤ ਤੇ ਉਹ ਚਾਨਣੀਆਂ ਰਾਤਾਂ ਵਰਿੰਦਰਾ ਕੌਣ ਖੁਲਾਵੇ ਲੈ ਅੱਜ ਤੇਰੀ ਓਏ ਅੱਜ ਤੇਰੀ ਤੋੜ ਦੀ ਸੁਖੇ ਕੇ ਉੱਤੇ ਬੈਠ ਸੱਥ ਨੱਟੀਏ ਜਰੀ ਨਾ ਪੀੜ ਜਾਵੇ ਪਾਪੀ ਕਹਿੰਦੇ ਨੇ ਮੇਰੇ ਸੱਜੇ ਖੱਬੇ ਤੈਨੂੰ ਭਾਬੀ ਪਾਪੀ ਮੇਰੇ ਸੱਜੇ ਖੱਬੇ ਤੈਨੂੰ ਭੈਣ ਦਾ ਦਰਜਾ ਦੇਣ ਜਿਹੜੇ ਹਰ ਵੇਲੇ ਹੱਸਦੇ ਵੇਖ ਭਾਖੜੇ ਦੇ ਮਨ ਵਾਂਗੂ ਅੱਜ ਵੀ ਖੜੇ ਆ ਜਿਹੜੇ ਪੱਤੇ ਮੌਸਮੀ ਝੜ ਗਏ ਨੀ ਕਹਿੰਦਾ ਤੈਨੂੰ ਭਾਬੀ ਭਾਬੀ ਕਹਿੰਦੇ ਨੇ ਮੇਰੇ ਸੱਜੇ ਖੱਬੇ ਰਹਿੰਦੇ ਨੇ ਤੈਨੂੰ ਭੈਣ ਦਾ ਦਰਜਾ ਦੇਣ ਜਿਹੜੇ ਹਰ ਵੇਲੇ ਹੱਸਦੇ ਰਹਿਣ ਜਿਹੜੇ ਵੇਖ ਭਾਖੜੇ ਦੇ ਬੰਨ ਵਾਂਗੂ ਅੱਜ ਵੀ ਖੜੇ ਆ ਸੀ ਜਿਹੜੇ ਪੱਤੇ ਮੌਸਮੀ ਝੜ ਗਏ ਨੀ ਜਿਹੜੇ ਯਾਰ ਦੋਸਤ ਦੇ ਘਰੇ ਜਾ ਕੇ ਉਹਦੀ ਭੈਣ ਨੂੰ ਚਾਹੇ ਉਹਦੀ ਘਰ ਵਾਲੀ ਨੂੰ ਭੈਣ ਦਾ ਦਰਜਾ ਦਿੰਦੇ ਆ ਇਹੋ ਜਿਹੇ ਯਾਰ ਕਿਸਮਤ ਨਾਲ ਹੀ ਮਿਲਦੇ ਆ ਤੇ ਉਹ ਭਾਖੜੇ ਦੇ ਬੰਨ ਵਾਂਗੂ ਐਂਡ ਤੱਕ ਵੀ ਖੜਦੇ ਆ ਇੱਕ ਅਸਲੀਅਤ ਬਾਈ ਇਹ ਵੀ ਹੈ ਜਿਹੜਾ ਬੰਦਾ ਖੁਦ ਚੰਗਾ ਹੁੰਦਾ ਜਿਹੜਾ ਬੰਦਾ ਖੁਦ ਮਰਦ ਹੁੰਦਾ ਨਰ ਬੰਦਾ ਹੁੰਦਾ ਜਿਹੜਾ ਉਹ ਜਦੋਂ ਵੀ ਕਿਸੇ ਬੰਦੇ ਨੂੰ ਮਿਲੂਗਾ ਇਹ ਮੇਰੀ ਮੈਂ ਕਈ ਵਾਰੀ ਦੇਖਿਆ ਉਹ ਸਾਰਿਆਂ ਨੂੰ ਆਪਦੇ ਵਰਗੀ ਸਮਝਦਾ ਹੁੰਦਾ ਉਹਦਾ ਕੋਈ ਵੀ ਦੋਸਤ ਆਵੇ ਉਹਨੂੰ ਕਹੂਗਾ ਆ ਜਾ ਯਾਰ ਘਰੇ ਬਹਿੰਦੇ 10 ਮਿੰਟ ਚਾਹ ਪਾਣੀ ਪੀ ਕੇ ਜਾਈ ਅਤੇ ਜਿਹੜਾ ਬੰਦਾ ਖੁਦ ਪਤੰਦਰ ਮਲੰਗ ਹੁੰਦਾ ਉਹੋ ਜਿਹੀ ਸੋਚਦਾ ਹੁੰਦਾ ਉਹਨੂੰ ਸਾਰੇ ਹੀ ਉਹੋ ਜਿਹੇ ਲੱਗਦੇ ਹੁੰਦੇ ਆ ਉਹ ਕਦੇ ਕਿਸੇ ਨੂੰ ਆਪਦੇ ਘਰੇ ਨਹੀਂ ਲੈ ਕੇ ਜਾਊਗਾ ਕਿਉਂਕਿ ਖੁਦ ਦੀ ਸੋਚ ਦੇ ਵਿੱਚ ਕਈ ਵਾਰੀ ਉਹ ਚੀਜ਼ ਬੜੀ ਵੀ ਹੁੰਦੀ ਹੈ ਜਿਹੋ ਜਿਹਾ ਆਪ ਸੋਚਣਾ ਲੱਗਦਾ ਖਣੀ ਉਹ ਵੀ ਉਵੇਂ ਸੋਚਦਾ ਯਾਰ ਜਿਹੜੇ ਹੁੰਦੇ ਆ ਯਾਰ ਵੈਸੇ ਤਾਂ ਲੋਕ ਰਿਸ਼ਤੇਦਾਰਾਂ ਨੂੰ ਬਹੁਤ ਭੰਡਦੇ ਆ ਪਰ ਸਾਡੇ ਤਾਂ ਸਾਰੇ ਚੰਗੇ ਆ ਯਾਰ ਮੈਨੂੰ ਰਿਸ਼ਤੇਦਾਰ ਵੀ ਚੰਗੇ ਮਿਲੇ ਆ ਕਾਰਨ ਕੀ ਹੁੰਦਾ ਅਸੀਂ ਕਈ ਵਾਰੀ ਉਮੀਦ ਵੱਧ ਲਾ ਲੈਂਦੇ ਹਾਂ ਔਰ ਉਹ ਬੰਦਾ ਕਈ ਵਾਰੀ ਉਸ ਕਾਬਲ ਨਹੀਂ ਹੁੰਦਾ ਤਾਂ ਫਿਰ ਉਹਦਾ ਗੁੱਸਾ ਨਹੀਂ ਕਰਨਾ ਚਾਹੀਦਾ ਹਾਂ ਓਏ ਭੋਰਾ ਕੇ ਜਵਾਕ ਉਹ ਸਿੱਪੀ ਓਏ ਹਾਂ ਦੱਸ ਚਾਚਾ ਜੀ ਦੱਸੋ ਆਉਣ ਵਾਲਾ ਸਮਾਂ ਆਹੀ ਆਉਣਾ ਤੁਹਾਨੂੰ ਚਾਚਾ ਹੀ ਕਹਿਣਾ ਪੈਣਾ ਸਾਨੂੰ ਬਾਪੂ ਕੀ ਕਹਿੰਦਾ ਹਾਂ ਤੂੰ ਦੱਸ ਦੇ ਨਹੀਂ ਤੈਨੂੰ ਬਾਅਦ ਚ ਲੈਣਾ ਚੱਕ ਕੇ ਬਾਪੂ ਨੇ ਬੋਲਦੇ ਨੇ ਬਾਪੂ ਜੀ ਬੋਲ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਲਗਾਓ ਜੀ ਇਸੇ ਪਿੰਡ ਤੋਂ ਏਅਰ ਮਾਰਸ਼ਲ ਹੋਇਆ ਸਰਦਾਰ ਅਰਜੁਨ ਸਿੰਘ